ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ JMG ਵਲੌਗਸ ਵਿੱਚ ਵੈਲਕਮ ਹੈ। ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕੋਫਤੇ ਕਿੱਦਾਂ ਬਣਦੇ ਆ। ਸੋ ਅੱਜ ਅਸੀਂ ਸਿਰਫ ਜਿਹੜੇ ਕੋਫਤੇ 'ਚ ਪਕੌੜੇ ਪੈਂਦੇ ਉਹੀ ਬਣਾਉਣੇ ਆ ਅਤੇ ਅਸੀਂ ਤੁਹਾਨੂੰ ਸਬਜ਼ੀ ਅਗਲੀ ਵੀਕ ਦਿਖਾਉਂਗੇ। ਅਸੀਂ ਆਪਣੇ ਕੋਫਤੇ ਵਾਸਤੇ ਯੂਜ਼ ਕਰਦੇ ਹਾਂ ਜ਼ੁਕੀਨੀ, ਹੈ ਨਾ। ਇਹਨੂੰ ਦਾ ਇੰਡੀਆ 'ਚ ਬਣਾਉਂਦਾ ਕਾਲੀ ਤੋਰੀ ਕਹਿੰਦੇ ਆ, ਅਤੇ ਇਹਨੂੰ ਜੇ ਤੁਸੀਂ ਇੱਥੇ ਬਾਹਰਲੀ ਕੰਟਰੀ ਜਾਂਦੇ ਹੋ ਤੁਹਾਨੂੰ ਸੁਪਰ ਮਾਰਕੀਟ 'ਚ ਈਜ਼ੀਲੀ ਤੁਸੀਂ ਲੱਭ ਸਕਦੇ ਹੋ। ਅਤੇ ਇਹਨੂੰ ਤੁਸੀਂ ਦੇਖ ਲਓ ਗੂਗਲ ਸਰਚ ਕਰਕੇ ਜ਼ੁਕੀਨੀ ਇਹਦਾ ਨਾਮ। ਅਤੇ ਪਹਿਲਾ ਸਟੈਪ ਹੈਗਾ ਇਹਨੂੰ ਮੈਂ ਗ੍ਰੇਟ ਕਰਨਾ ਆ, ਅਤੇ ਮੈਂ ਤੁਹਾਨੂੰ ਗ੍ਰੇਟ ਕਰਕੇ ਮਿਲਦੀ ਹਾਂ। ਨਾਲੇ ਗਾਈਜ਼ ਮੈਨੂੰ ਛਿੱਲਣਾ ਨਹੀਂ ਆ ਕਿਉਂਕਿ ਇਹਦੀ ਪੀਲ ਠੀਕ ਹੈ, ਪਰ ਉਦੋਂ ਅਸੀਂ ਛਿੱਲ ਵੀ ਸਕਦੇ ਹਾਂ। ਅਤੇ ਚਲੋ ਕਰਦੇ ਹਾਂ ਸ਼ੁਰੂ। ਸੋ ਗਾਈਜ਼ ਮੇਰੀ ਜ਼ੁਕੀਨੀ ਗ੍ਰੇਟ ਹੋ ਗਈ ਹੈ, ਅਤੇ ਮੈਂ ਗੈਸ 'ਤੇ ਆਪਣਾ ਤੇਲ ਵੀ ਗਰਮ ਰੱਖਤਾ ਆ, ਅਤੇ ਹੁਣ ਇਹ 'ਚ ਮੈਂ ਇੱਕ ਚਮਚਾ ਲੂਣ ਪਾ ਕੇ ਤੈਨੂੰ 10 ਮਿੰਟ ਇੱਥੇ ਰਹਿੰਦਾ ਨਾ, ਤਾਂ ਕਿ ਇਹਦਾ ਜਿਹੜਾ ਸਾਰਾ ਪਾਣੀ ਉਹ ਬਾਹਰ ਆ ਜਾਵੇ, ਅਤੇ ਫਿਰ ਇਹਨੂੰ ਨਿਚੋੜਦੇ ਆ, ਅਤੇ ਫਿਰ ਤੁਹਾਨੂੰ ਮੈਂ ਅਗਲਾ ਸਟੈਪ ਦੱਸਦੀ ਹਾਂ। ਸੋ ਗਾਈਜ਼ ਇਹਨੂੰ 10 ਮਿੰਟ ਹੋ ਗਏ ਆ, ਅਤੇ ਹੁਣ ਅਸੀਂ ਇਹਦਾ ਪਾਣੀ ਨਿਚੋੜਨਾ ਆ, ਅਤੇ ਪਾਣੀ ਨਿਚੋੜ ਕੇ ਅਸੀਂ ਫਿਰ ਤੁਹਾਨੂੰ ਮਿਲਦੇ ਹਾਂ। ਸੋ ਗਾਈਜ਼ ਅਸੀਂ ਪਾਣੀ ਨਿਚੋੜ ਲਿਆ, ਅਤੇ ਹੁਣ ਅਸੀਂ ਇਹਦੇ ਵਿੱਚ ਬੇਸਣ ਪਾਉਣਾ ਆ, ਅਤੇ ਅਸੀਂ 2-3 ਚਮਚੇ ਯੂਜ਼ ਕਰਨੇ ਆ, ਅਤੇ ਅਸੀਂ ਜਿਹੜਾ ਇਹਦਾ ਪਾਣੀ ਉਹ ਕੱਢ ਕੇ ਰੱਖ ਲਿਆ, ਤਾਂ ਕਿ ਜੇ ਇਹਨੂੰ ਹੋਰ ਗਿੱਲਾ ਕਰਨ ਦੀ ਲੋੜ ਪਈ ਤਾਂ ਫਿਰ ਅਸੀਂ ਆਹੀ ਯੂਜ਼ ਕਰ ਲੂੰਗੇ। ਅਤੇ ਹੁਣ ਬੇਸਣ ਪਾ ਕੇ ਮਿਕਸ ਕਰਕੇ ਦੇ ਦਿਆਂ ਕਿ ਸਾਨੂੰ ਹੋਰ ਦੀ ਲੋੜ ਹੈਗੀ ਹੈ ਕਿ ਨਹੀਂ। ਸੋ ਇਹਨੂੰ ਮਿਕਸ ਕਰਨ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਮਸਾਲੇ ਵੀ ਪਾ ਦੇਣੇ ਆ। ਅਸੀਂ 6 ਮਸਾਲੇ ਪਾਉਣੇ ਆ। ਅਸੀਂ ਪਾਉਣਾ ਲੂਣ, ਗਰਮ ਮਸਾਲਾ, ਕਸੂਰੀ ਮੇਥੀ, ਥੋੜ੍ਹੀ ਜਿਹੀ ਹਲਦੀ, ਕਾਲੀ ਮਿਰਚ ਅਤੇ ਥੋੜ੍ਹੀ ਜਿਹੀ ਲਾਲ ਮਿਰਚ। ਅਤੇ ਇਹਨੂੰ ਪਾ ਕੇ ਅਤੇ ਇਹਨੂੰ ਮਿਕਸ ਕਰ ਲੈਂਦੇ ਹਾਂ ਅਸੀਂ। ਸੋ ਗਾਈਜ਼ ਸਾਡਾ ਜਿਹੜਾ ਕੋਫਤਿਆਂ ਦਾ ਬੈਟਰ ਉਹ ਰੈਡੀ ਹੋ ਗਿਆ। ਸਾਨੂੰ ਥੋੜ੍ਹੇ ਨਾ ਬੇਸਣ ਹੁਣ ਪਾਉਣਾ ਪਿਆ ਕਿਉਂਕਿ ਅਸੀਂ ਇੰਡੀਅਨ ਮੈਜਰਮੈਂਟ ਨਹੀਂ ਕਰਦੇ। ਸੋ ਐਜ ਯੂ ਗੋ ਅਲੋਂਗ ਜਿੰਨਾ ਤੁਹਾਨੂੰ ਚਾਹੀਦਾ ਹੁੰਦਾ ਤੁਸੀਂ ਅਸੀਂ ਪਾ ਦਿੰਦੇ ਹਾਂ। ਅਤੇ ਹੁਣ ਸਾਡਾ ਤੇਲ ਵੀ ਗਰਮ ਹੋ ਗਿਆ, ਤੁਹਾਨੂੰ ਪਿੱਛੇ ਕੜਕਾ ਦੀ ਆਵਾਜ਼ ਆਉਂਦੀ ਹੁੰਦੀ ਆ। ਅਤੇ ਹੁਣ ਅਸੀਂ ਚਲੋ ਫਰਾਈ ਕਰਦੇ ਹਾਂ। ਸੋ ਗਾਈਜ਼ ਅਸੀਂ ਫਰਾਈ ਕਰਦੇ ਹਾਂ ਹੁਣ, ਅਤੇ ਸਾਈਜ਼ ਛੋਟਾ ਰੱਖਣਾ ਹੈ ਤਾਂ ਕਿ ਅੰਦਰੋਂ ਕੱਚਾ ਨਾ ਰਹੇ, ਪਰ ਉਹਦਾ ਤੁਸੀਂ ਜਿੰਨਾ ਮਰਜ਼ੀ ਕਰ ਸਕਦੇ ਹੋ, ਤੁਹਾਡੀ ਮਰਜ਼ੀ ਹੈ। ਅਤੇ ਅਸੀਂ ਤੇਲ ਥੋੜ੍ਹਾ ਹੀ ਲੈ ਆਇਆ, ਜ਼ਿਆਦਾ ਨਹੀਂ ਹੈਗਾ। ਅਤੇ ਚਲੋ ਇਹਨਾਂ ਨੂੰ ਫਰਾਈ ਕਰ ਲੈਂਦੇ ਹਾਂ। ਗਾਈਜ਼ ਸਾਡੇ 1 ਮਿੰਟ ਮਸੀ ਲੱਗਿਆ ਹੋਣਾ, ਕੋਫਤੇ ਰੈਡੀ ਹੋ ਗਏ। ਅਤੇ ਆਖੋ ਕਿੰਨੇ ਕ੍ਰਿਸਪੀ ਲੱਗਦੇ ਪਏ, ਤੁਹਾਨੂੰ ਐਂਡ ਵਿੱਚ ਖੋਲ੍ਹ ਕੇ ਵੀ ਦਿਖਾਉਂਗੇ। ਅਤੇ ਆਖੋ ਕ੍ਰਿਸਪੀ ਹੋ ਗਏ, ਅਸੀਂ ਇਹਨਾਂ ਨੂੰ ਕੱਢ ਦਿੰਦੇ ਹਾਂ। ਤਾਂ ਸਾਡੇ 2 ਬੈਚ ਬਣ ਜਾਂਦੇ ਆ, ਇਹਦੀ 3, ਅਤੇ ਇਹਨਾਂ ਨੂੰ ਕੱਢ ਕੇ ਚਲੋ ਨੈਕਸਟ ਵਾਲੇ ਪਾਉਂਦੇ ਹਾਂ। ਸੋ ਹੁਣ ਅਸੀਂ ਆਪਣਾ 2 ਬੈਚ ਪਾ ਲੈਂਦੇ ਹਾਂ। ਇਹ ਅਸੀਂ ਪਕੌੜੇ ਟਾਈਪ ਬਣਾ ਰਹੇ ਹਾਂ, ਜਿਹੜੇ ਸਾਡੇ ਹੁੰਦੇ ਆ ਆਲੂ ਪਿਆਜ਼ ਵਾਲੇ, ਨਾ ਕਈ ਲੋਕ ਇਹਨਾਂ ਦੀ ਬੋਲਸ ਸ਼ੇਪ ਬਣਾ ਕੇ ਖਾਂਦੇ ਆ, ਅਤੇ ਪਰ ਅਸੀਂ ਇੱਦਾਂ ਕਰਦੇ ਹੁੰਦੇ ਹਾਂ। ਇਹਦਾ ਥੋੜ੍ਹਾ ਕ੍ਰਿਸਪੀ ਜ਼ਿਆਦਾ ਹੁੰਦਾ ਮੇਰੇ ਓਪੀਨੀਅਨ 'ਚ। ਅਤੇ ਹੁਣ ਆਪਣਾ 2 ਬੈਚ ਵੀ ਫਰਾਈ ਕਰ ਲੈਂਦੇ ਹਾਂ, ਤਾਂ ਫਰਾਈ ਕਰਕੇ ਮੈਂ ਤੁਹਾਨੂੰ ਮਿਲਦੀ ਹਾਂ। ਸੋ ਗਾਈਜ਼ ਸਾਡੇ ਆਹ ਵੀ ਫਰਾਈ ਹੋ ਗਏ ਆ, ਬਹੁਤ ਸੋਹਣੇ ਲੱਗਦੇ ਪਏ, ਕ੍ਰਿਸਪੀ ਕ੍ਰਿਸਪੀ। ਅਤੇ ਹੁਣ ਇਹਨਾਂ ਨੂੰ ਵੀ ਅਸੀਂ ਕੱਢ ਲੈਂਦੇ ਹਾਂ, ਅਤੇ ਫਿਰ ਮੈਂ ਤੁਹਾਨੂੰ ਐਂਡ ਰਿਜ਼ਲਟ ਦਿਖਾਉਂਦੀ ਹਾਂ 2 ਮਿੰਟਾਂ 'ਚ। ਅਤੇ ਯਾ ਬਹੁਤ ਈਜ਼ੀ ਰੈਸਪੀ ਹੈ, ਅਤੇ ਬਹੁਤ ਜ਼ਿਆਦਾ ਟੇਸਟੀ, ਤੁਸੀਂ ਇੱਦਾਂ ਵੀ ਖਾ ਸਕਦੇ ਹੋ, ਪਰ ਸਾਨੂੰ ਸਬਜ਼ੀ 'ਚ ਜ਼ਿਆਦਾ ਸਵਾਦ ਲੱਗਦੇ ਆ। ਅਤੇ ਮੈਂ ਤੁਹਾਨੂੰ ਦਿਖਾਉਂਦੀ ਹਾਂ। ਓਕੇ ਬਾਏ। ਸੋ ਗਾਈਜ਼ ਆਹ ਦੇਖੋ ਸਾਡੇ ਜ਼ੁਕੀਨੀ ਦੇ ਕੋਫਤੇ ਹੋ ਗਏ ਰੈਡੀ। ਮੈਂ ਤੁਹਾਨੂੰ ਅੰਦਰੋਂ ਵੀ ਖੋਲ੍ਹ ਕੇ ਦਿਖਾ ਦਿੰਦੀ ਹਾਂ, ਹਜੇ ਥੋੜ੍ਹੇ ਗਰਮ ਹੈ। ਫਿਰ ਆਹ ਦੇਖੋ ਆਖੋ ਕਿੰਨੇ ਫੋਕਸ ਹੋ ਜਾ। ਆਹ ਦੇਖੋ ਇਹ ਅੰਦਰ ਥੋੜ੍ਹੇ ਸੋਫਟ ਨੇ, ਪਰ ਇੱਦੀ ਹੁੰਦੇ ਆ। ਅਤੇ ਓਲਸੋ ਇਹਨੂੰ ਅਸੀਂ ਨਾ ਇਹਦੀ ਤਰੀ 'ਚ ਕੁੱਕ ਕਰਨਾ, ਜਦੋਂ ਸਬਜ਼ੀ ਬਣੂਗੀ ਤਾਂ ਉਦੋਂ ਇਹਨੇ ਚੰਗੀ ਤਰ੍ਹਾਂ ਹੋ ਜੂਗਾ। ਅਤੇ ਅਸੀਂ ਤੁਹਾਨੂੰ ਅਗਲੀ ਵੀਕ ਦਿਖਾਉਂਗੇ ਕਿ ਐਕਚੁਅਲ ਕੋਫਤੇ ਸਬਜ਼ੀ ਕਿੱਦਾਂ ਬਣਦੀ ਹੈ। ਅਤੇ ਤੁਹਾਡਾ ਸਾਡੀ ਵੀਡੀਓ ਦੇਖਣ ਵਾਸਤੇ ਥੈਂਕ ਯੂ। ਤੁਸੀਂ ਇੰਜੋਏ ਕੀਤੀ ਹੋ ਗਈ ਜ਼ਰੂਰ, ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ, ਅਤੇ ਅਸੀਂ ਤੁਹਾਨੂੰ ਅਗਲੀ ਵੀਡੀਓ 'ਚ ਮਿਲੂੰਗੇ। ਥੈਂਕਸ ਫੋਰ ਵਾਚਿੰਗ, ਬਾਏ।